ਹਾਂਜੀ ਮੇਰੇ ਪਿਆਰੇ ਵੀਰੋ, ਤੁਹਾਡਾ ਆਪਣਾ ਰਾਠੀ ਵੀਰ ਜੋ ਕਿ ਸਾਡੇ ਅੱਜ ਰਾਠੀ ਕਲਾ ਕੇਂਦਰ ਦੇ ਵਿੱਚ ਸਾਡੇ ਸਤਿਕਾਰਯੋਗ ਅਫੀਸਰ ਸਾਹਿਬ ਪਹੁੰਚੇ ਨੇ, ਅਤੇ ਵੀਰ ਜੀ ਆਪਣਾ ਨਾਂ ਦੱਸਣਗੇ। ਹਾਂਜੀ ਸਰ, ਆਪਣਾ ਕੀ ਨਾਂ? ਹਾਂਜੀ ਸਰ, ਮੇਰਾ ਨਾਮ ਜਸਵਿੰਦਰ ਪਾਲ, ਹਾਂਜੀ ਪੰਜਾਬ ਬਿਜਲੀ ਬੋਰਡ ਲੰਬੀ ਬਾਜਵਾ ਸਰ ਤੋਂ ਆਏ ਹਾਂ, ਅਤੇ ਸਪੈਸ਼ਲੀ ਬਾਜਵਾ। ਹਾਂਜੀ ਸਰ, ਮੇਰਾ ਨਾਮ ਬਲਵੰਤ ਸਿੰਘ ਢਿੱਲੋਂ ਜੀ, ਮੈਂ ਸਿਰਸਾ ਜ਼ਿਲ੍ਹੇ ਤੋਂ ਜੀਵਨ ਨਗਰ ਕਰੀ ਵਾਲਾ ਪਿੰਡ ਹੈ ਜੀ, ਬਾਜੀ ਸਪੈਸ਼ਲ ਟਰੈਕਟਰ ਬਣਵਾ ਕੇ ਲੈ ਕੇ ਜਾ ਰਹੇ ਹਾਂ ਰਾਠੀ ਸਾਹਿਬ ਤੋਂ। ਸਰ ਤੁਹਾਡਾ ਬਹੁਤ ਬਹੁਤ ਧੰਨਵਾਦ। ਹਾਂਜੀ ਵੀਰੋ, ਇਹ ਸਾਡੇ ਕੋਲ ਵੀਰ ਕੁਝ ਦਿਨ ਪਹਿਲਾਂ ਆਏ ਸੀਗੇ ਕਲਾ ਕੇਂਦਰ ਨੂੰ ਵੇਖਣ ਵਾਸਤੇ। ਸਰ ਜੀਆਂ ਨੇ ਇੱਕ ਮਿੰਟ ਵੀ ਨਹੀਂ ਲਾਇਆ ਜਦੋਂ ਸਾਨੂੰ ਕਿਹਾ ਵੀ ਅਸੀਂ ਇਹਨਾਂ ਨੂੰ ਕੀਮਤ ਜੋ ਕਿਹਾ, ਇਹਨਾਂ ਨੇ ਕਹਿੰਦੇ ਕੋਈ ਗੱਲ ਨਹੀਂ ਤੂੰ ਰਾਠੀ ਸਾਨੂੰ ਟਰੈਕਟਰ ਜ਼ਰੂਰ ਬਣਾ ਕੇ ਦੇ। ਇਹਨਾਂ ਨੇ ਆਪਣੇ ਮਨਪਸੰਦ ਟਰੈਕਟਰ ਸਾਥੋਂ ਤਿਆਰ ਕਰਵਾਇਆ, 3630 ਟਰੈਕਟਰ ਜੋ ਕਿ ਅੱਜ ਅਸੀਂ ਇਹਨਾਂ ਦੇ ਲਈ ਪੂਰੇ ਆਪਣੀਆਂ ਰੀਝਾਂ ਦੇ ਨਾਲ ਤਿਆਰ ਕਰਕੇ, ਪੂਰਾ ਬਾਕਾਪ ਮਤਲਬ ਤਿਆਰ ਕਰਕੇ ਆਪਣੀ ਮਿਹਨਤ ਦੇ ਨਾਲ ਇਹਨਾਂ ਨੂੰ ਦੇ ਰਹੇ ਹਾਂ, ਜੋ ਕਿ ਟਰੈਕਟਰ ਨੂੰ ਹਮੇਸ਼ਾ ਸਾਂਭ ਕੇ ਰੱਖਣਗੇ ਸਰ। ਉਸ ਤੋਂ ਬਾਅਦ ਮੈਂ ਤੁਹਾਨੂੰ ਸਰ ਜੀ ਦੀਆਂ ਕੁਝ ਜੋ ਮੈਨੂੰ ਵਧੀਆ ਗੱਲਾਂ ਲੱਗੀਆਂ ਕਿ ਸਰ ਜੀ ਇੱਕ ਤਾਂ ਹਾਕੀ ਦੇ ਬਹੁਤ ਵੱਡੇ ਖਿਡਾਰੀ ਨੇ, ਅਤੇ ਨਾਲ ਹਾਕੀ ਦੇ ਖਿਡਾਰੀ ਨੇ ਨਾਲ ਡਿਊਟੀ ਕਰਨੀ, ਅਤੇ ਨਾਲ 40 ਏਕੜ ਦੀ ਖੇਤੀ ਵੀ ਕਰ ਰਹੇ ਨੇ, ਜਿਹੜੀ ਮੈਨੂੰ ਖੁਸ਼ੀ ਹੋਈ ਸਰ ਜੀ। ਹਾਂਜੀ ਸਰ, ਤੁਸੀਂ ਖੇਤੀ ਨੂੰ ਕਦੋਂ ਸਮਾਂ ਦੇ ਰਹੇ ਹੋ? ਅਸੀਂ ਜੀ ਸਵੇਰੇ ਸ਼ਾਮ ਖੇਤੀ ਨੂੰ ਸਮਾਂ ਦੇ ਰਹੇ, ਬਾਕੀ ਛੁੱਟੀ ਵਾਲੇ ਦਿਨ ਅਸੀਂ ਖੇਤੀ ਕਰਦੇ ਹਾਂ, ਸਾਰਾ ਕੁਛ ਦੇਖਭਾਲ ਜੋ ਵੀ ਹੈਗਾ ਸਾਰਾ ਉਸ ਦਿਨ ਅਸੀਂ ਕਰਕੇ ਆਪਦੀ ਖੇਤੀ ਨੂੰ ਸੰਭਾਲਦੇ ਹਾਂ। ਦੂਸਰੇ ਕਿਸਾਨਾਂ ਦੇ ਬਰੋਬਰ ਫਸਲ ਕੱਢਦੇ ਹੋ? ਹਾਂਜੀ, ਬਰੋਬਰ ਫਸਲ ਕੱਢਦੇ ਹਾਂ ਜੀ, ਚੰਗੀ ਫਸਲ ਕੱਢਦੇ ਹਾਂ, ਵਧੀਆ। ਸਾਡੇ ਏਰੀਏ ਦੇ ਵਿੱਚ ਬਾਸਪਤੀ ਦਾ ਬਹੁਤ ਜ਼ਿਆਦਾ ਰੁਝਾਨ ਹੈ ਜੀ, ਅਸੀਂ ਬਾਸਪਤੀ ਹੀ ਲਾ ਰਹੇ ਹਾਂ। ਹਾਂਜੀ ਸਰ, ਉਸ ਤੋਂ ਬਾਅਦ ਤੁਸੀਂ ਹਾਕੀ ਦਾ ਵੀ ਦੱਸਿਆ ਜਿਹੜਾ ਕਿ ਤੁਸੀਂ ਮੈਚ ਜਿੱਤ ਗਏ, ਇਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਜ਼ਰੂਰ ਜਾਣਨਾ ਜੀ। ਸ਼ੁਰੂ ਤੋਂ ਮੈਂ ਛੋਟਾ ਹੁੰਦਾ ਸੀ, ਆਪਦੇ ਹਾਕੀ ਦੇ ਪ੍ਰੇਰਣਾ ਵਿੱਚ ਪਿਆ ਜੀ ਸਾਰੇ ਹਾਕੀ। ਚਲੋ ਮੈਂ ਪੰਜਾਬ ਦੇ ਵਿੱਚ ਸਕੂਲ ਲੈਵਲ 'ਤੇ, ਸਟੇਟ ਲੈਵਲ 'ਤੇ, ਫਿਰ ਨੈਸ਼ਨਲ ਲੈਵਲ 'ਤੇ, ਫਿਰ ਮੈਂ ਹਾਕੀ ਬੇਸ 'ਤੇ ਹੀ ਪੰਜਾਬ ਇਲੈਕਟ੍ਰਿਸਿਟੀ ਬੋਰਡ ਦੇ ਵਿੱਚ ਭਰਤੀ ਹੋਇਆ ਜੀ 96 ਦੇ ਵਿੱਚ। ਉਸ ਤੋਂ ਅੱਜ ਤੱਕ ਜੋ ਵੀ ਹੈ ਮੈਨੂੰ ਹਾਕੀ ਦੀ ਬਦੌਲਤ ਹੀ ਸਾਰਾ ਕੁਛ ਮਿਲਿਆ ਹੋਇਆ, ਸਾਰਾ ਕੁਛ ਜੋ ਅੱਜ ਤੱਕ ਵੀ ਅਸੀਂ ਪ੍ਰੈਜੈਂਟ ਪੰਜਾਬ ਇਲੈਕਟ੍ਰਿਸਿਟੀ ਬੋਰਡ ਦੇ ਵਿੱਚ ਮੌਜੂਦਾ ਪਲੇਅਰ ਹਾਂ ਜੀ। ਬਾਜੋ ਹਾਂ ਸਰ, ਹੁਣ ਵੀ ਜਿਹੜਾ ਤੁਸੀਂ ਮੈਚ ਜਿੱਤ ਗਏ ਸੀ ਮੈਨੂੰ ਦੱਸ ਰਹੇ ਸੀ, ਉਹ ਕਿਹੜੀ ਜਗ੍ਹਾ ਜਿੱਤ ਗਏ ਸੀ? ਹੁਣ ਅਸੀਂ ਕਲਕੱਤੇ ਆਲ ਇੰਡੀਆ ਇਲੈਕਟ੍ਰਿਸਿਟੀ ਬੋਰਡ ਉੱਥੇ ਜਿੱਤ ਕੇ ਆਏ ਹਾਂ ਜੀ, ਉਸ ਦੇ ਬਿਹੇਵੀਅਰ 'ਤੇ ਹੀ ਸਾਨੂੰ ਸਾਰਾ ਕੁਛ ਮਿਲ ਰਿਹਾ ਜੀ। ਬਾਜੋ ਸਰ, ਤੁਹਾਡਾ ਬਹੁਤ ਬਹੁਤ ਧੰਨਵਾਦ। ਹਾਂਜੀ ਸਰ। ਹਾਂ ਸਰ, ਮੈਂ ਜਸਵਿੰਦਰ ਜੀ, ਅਤੇ ਰਾਠੀ ਸਾਹਿਬ ਤੁਹਾਡਾ ਕਲਾ ਕੇਂਦਰ ਪਹਿਲਾਂ ਵੀ ਕਈ ਗੇੜੇ ਲਾ ਚੁੱਕੇ ਹਾਂ ਜੀ, ਤਾਂ ਇਸ ਸੰਬੰਧੀ ਤੁਹਾਡਾ ਮੇਰਾ ਕੁਛ ਨਹੀਂ, ਤੁਹਾਡਾ ਹੀ ਕਲਾ ਕੇਂਦਰ। ਇਸ ਸੰਬੰਧੀ ਪਰਮਾਤਮਾ ਦੀ ਬੜੀ ਪਾਰ ਕਿਰਪਾ ਹੈ, ਬਹੁਤ ਹੀ ਸੋਹਣੀ ਕਲਾ ਕਿਰਤੀ ਹੈ ਜਿਹਦੇ ਵਿੱਚ ਮੈਨੂੰ ਖਾਸ ਟਰੈਕਟਰ ਤਾਂ ਸਾਰੇ ਬਹੁਤ ਸੋਹਣੇ ਹੈ, ਪਰ ਜਿਹੜਾ ਹਿੰਦੁਸਤਾਨ ਟਰੈਕਟਰ ਹੈ ਇਹ ਮੈਨੂੰ ਬਹੁਤ ਸੋਹਣਾ ਲੱਗਿਆ। ਇਸ ਸੰਬੰਧੀ ਮੈਂ ਆਪਦੀ ਬੇਟੀ ਜੋ ਕਿ ਮੇਰੀ ਬੇਟੀ ਪੰਜਾਬ ਪੁਲਿਸ ਦੇ ਵਿੱਚ ਬਤੌਰ ਸਬ ਇੰਸਪੈਕਟਰ ਲੱਗੀ ਹੋਈ ਹੈ, ਉਹਨੂੰ ਵੀ ਮੈਂ ਤੁਹਾਡੀਆਂ ਕਲਾਕ੍ਰਿਤੀਆਂ ਭੇਜੀਆਂ, ਉਹ ਵੀ ਆਪਣੇ ਗਰੁੱਪ ਦੇ ਵਿੱਚ ਸ਼ੇਅਰ ਕਰਨਗੇ, ਅਤੇ ਤਾਂ ਜੋ ਤੁਹਾਡਾ ਜਿਹੜਾ ਮਨੋਬਲ ਹੋਰ ਉੱਚਾ ਹੋਵੇ। ਬਾਜੀ ਸਰ, ਤੁਹਾਡਾ ਬਹੁਤ ਬਹੁਤ ਧੰਨਵਾਦ। ਹਾਂਜੀ ਵੀਰੋ, ਮੈਂ ਬੇਨਤੀ ਕਰਦਾ ਅੱਜ ਦੇ ਨੌਜਵਾਨਾਂ ਨੂੰ, ਵੇਖੋ ਸਰ ਕੋਲ 40 ਏਕੜ ਪੈਲੀ ਵੀ ਕਰ ਰਹੇ, ਨਾਲ ਗੇਮ ਵੀ ਕਰ ਰਹੇ, ਅਤੇ ਨਾਲ ਡਿਊਟੀ ਵੀ ਕਰ ਰਹੇ ਨੇ। ਸਾਨੂੰ ਸੇਧ ਲੈਣੀ ਚਾਹੀਦੀ ਹੈ ਇਹੋ ਜਿਹੇ ਵੀਰਾਂ ਤੋਂ, ਮਹਾਨ ਵੀਰਾਂ ਤੋਂ, ਜਿਨ੍ਹਾਂ ਨੇ ਦੇਖੋ ਅੱਜ ਨਾਲ ਡਿਊਟੀ ਵੀ ਕਰਨੀ, ਨਾਲ ਖੇਤੀ ਵੀ ਕਰਨੀ। ਵੀਰੋ, ਵੱਧ ਤੋਂ ਵੱਧ ਜਿੰਨਾ ਅਸੀਂ ਕੰਮ ਕਰੀਏ ਸਾਡੀ ਜ਼ਿੰਦਗੀ 'ਚ, ਓਨਾ ਹੀ ਥੋੜ੍ਹਾ ਮੈਂ ਤਾਂ ਸਰ ਜੀਆਂ ਨੂੰ ਸਲਾਮ ਕਰਦਾ, ਉਹਨਾਂ ਦੀ ਇੰਨੀ ਮਿਹਨਤ ਨੂੰ, ਅਤੇ ਉਹਨਾਂ ਦਾ ਨਾਂ ਹੋਰ ਉੱਚਾ ਕਰੇ। ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ, ਤੁਸੀਂ ਆਪਣੇ ਵਾਸਤੇ ਕੀਮਤੀ ਸਮਾਂ ਰਾਠੀ ਕਲਾ ਕੇਂਦਰ ਵਾਸਤੇ ਕੱਢਿਆ। ਤੁਹਾਡਾ ਆਪਣਾ ਰਾਠੀ ਵੀਰ, ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਕਰੋ ਵੀ ਜੀ, ਰਾਠੀ ਕਲਾ ਕੇਂਦਰ ਚੈਨਲ ਨੂੰ ਸਬਸਕ੍ਰਾਈਬ ਕਰਿਓ, ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾ ਕੇ ਲੈ ਕੇ ਜਾਓ ਰਾਠੀ ਕਲਾ ਕੇਂਦਰ। ਤੁਹਾਡਾ ਆਪਣਾ ਰਾਠੀ ਵੀਰ, ਤੁਹਾਡਾ ਆਪਣਾ ਰਾਠੀ ਵੀਰ। ਹਾਂਜੀ ਮੇਰੇ ਪਿਆਰੇ ਵੀਰੋ, ਤੁਹਾਡਾ ਆਪਣਾ ਰਾਠੀ ਵੀਰ, ਜੋ ਕਿ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਹੈ ਰਾਠੀ ਕਲਾ ਕੇਂਦਰ ਵੱਲੋਂ, ਰਾਠੀ ਵੀਰ ਵੱਲੋਂ, ਜਿਨ੍ਹਾਂ ਦੇ ਬੱਚੇ ਕਬੱਡੀ ਦੇ ਵਿੱਚ, ਵਾਲੀਬਾਲ ਦੇ ਵਿੱਚ, ਹਾਕੀ ਦੇ ਵਿੱਚ, ਕ੍ਰਿਕਟ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਰੁਚੀ ਰੱਖਦੇ ਨੇ, ਉਹਨਾਂ ਦੇ ਮਾਤਾ ਪਿਤਾ ਅੱਗੇ ਮੇਰੀ ਬੇਨਤੀ ਆ ਕਿ ਸਾਨੂੰ ਵੀਰ ਜੀ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਵੀਰ ਜੀ ਛੋਟੇ ਹੁੰਦੇ ਬਚਪਨ ਦੇ ਵਿੱਚ ਹਾਕੀ ਦੇ ਬਹੁਤ ਵੱਡੇ ਖਿਡਾਰੀ ਸੀਗੇ, ਅਤੇ ਅੱਜ ਉਹ ਹਾਕੀ ਅੱਜ ਵੀ ਖੇਡ ਰਹੇ ਨੇ, ਅਤੇ
ਨਾਲੇ ਬਿਜਲੀ ਬੋਰਡ ਦੇ ਵਿੱਚ ਨੌਕਰੀ ਕਰ ਰਹੇ ਨੇ, ਆਪਣੇ ਨਾਲ ਖੇਤੀ ਵੀ ਕਰ ਰਹੇ ਨੇ। ਉਸ ਤੋਂ ਬਾਅਦ ਸਾਨੂੰ ਗੇਮ ਕਿੱਥੇ ਪਹੁੰਚਾ ਸਕਦੀ ਆ, ਸਾਡੇ ਬੱਚਿਆਂ ਨੂੰ ਹੌਸਲਾ ਦਿੰਦੀ ਹੈ ਸਾਡੇ ਵੀਰ ਜੀ ਦੀ ਇਹ ਗੇਮ, ਜੋ ਕਿ ਸਾਡੇ ਵੀਰ ਜੀ ਨੇ ਸਾਨੂੰ ਬੇਨਤੀ ਵੀ ਕੀਤੀ ਹੈ, ਅਤੇ ਮੈਂ ਵੀ ਉਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰਾਂਗਾ। ਉਹਨਾਂ ਦੇ ਹਾਕੀ ਦੇ ਖਿਡਾਰੀ ਮੈਂ ਬਣਾ ਕੇ ਤੁਹਾਨੂੰ ਜਲਦ ਹੀ 5 ਖਿਡਾਰੀ ਜ਼ਰੂਰ ਇਸ ਸਰਾਠੀ ਕਲਾ ਕੇਂਦਰ ਦੇ ਵਿੱਚ ਤਿਆਰ ਕਰਨ ਦੀ ਕੋਸ਼ਿਸ਼ ਕਰਾਂਗਾ। ਮੈਨੂੰ ਆਸ ਹੈ ਤੁਹਾਨੂੰ ਬੇਹੱਦ ਪਸੰਦ ਆਉਣਗੇ ਵੀਰ। ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਗੇਮਾਂ ਦੇ ਨਾਲ ਜੋੜੋ, ਤਾਂ ਜੋ ਕਿ ਤੁਹਾਡੇ ਬੱਚੇ ਗੇਮਾਂ ਦੇ ਨਾਲ ਜੁੜ ਕੇ ਉਹ ਵੀ ਸਾਡੇ ਵੀਰ ਜੀ ਵਾਂਗੂ ਬਹੁਤ ਵੱਡੇ ਨਾਮਵਰ ਖਿਡਾਰੀ ਬਣ ਕੇ ਆਪਣੀ ਜ਼ਿੰਦਗੀ ਦੇ ਵਿੱਚ ਬੁਲੰਦੀਆਂ ਉਚਾਈਆਂ ਨੂੰ ਛੂਹ ਸਕਣ। ਤੁਹਾਡਾ ਆਪਣਾ ਰਾਠੀ ਵੀਰ, ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਰਾਠੀ ਕਲਾ ਕੇਂਦਰ ਦਿਖਾਇਓ। ਤੁਹਾਡਾ ਆਪਣਾ ਰਾਠੀ ਵੀਰ ਸਦਾ ਖੁਸ਼ ਰਹੋ। ਵੱਧ ਤੋਂ ਵੱਧ ਸ਼ੇਅਰ ਕਰੋ। ਤੁਹਾਡਾ ਆਪਣਾ ਰਾਠੀ ਵੀਰ, ਤੁਹਾਡਾ ਆਪਣਾ